Batang Putipos, Murtabak! 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 ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਭਾਜਪਾ ਤੇ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਖਿਲਾਫ ਬਟਾਲਾ ਗੁਰਦਾਸਪੁਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਭਾਜਪਾ ਤੇ ਪ੍ਰਨੀਤ ਕੌਰ ਦੇ ਪੁਤਲੇ ਵੀ ਫੂਕੇ ਗਏ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਪਟਿਆਲਾ ਦੇ ਵਿੱਚ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਦੌਰਾਨ ਕਿਸਾਨਾਂ ਦੇ ਨਾਲ ਭਾਜਪਾ ਵਰਕਰਾਂ ਦੀ ਹੋਈ ਧੱਕਾਮੁੱਕੀ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਸੀ, ਜਿਸ ਦੇ ਕਾਰਨ ਮ੍ਰਿਤਕ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਪ੍ਰਨੀਤ ਕੌਰ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਗੁਰਦਾਸਪੁਰ ਤੋਂ ਅਪ੍ਰਿਤ ਖੁਸ਼ੀਪੁਰ ਦੀ ਰਿਪੋਰਟ। ਮਹਾਰਾਣੀ ਪ੍ਰਨੀਤ ਕੌਰ ਜਿਹੜੇ ਕਿ ਬੀਜੇਪੀ ਦੇ ਉਮੀਦਵਾਰ ਨੇ ਪਟਿਆਲੇ ਤੋਂ, ਉਹਨਾਂ ਦਾ ਪੁਤਲਾ ਹੈ ਨਾਲ ਮੋਦੀ ਸਾਹਿਬ ਦਾ। ਇਹ ਇਸ ਕਰਕੇ ਸਾੜ ਰਹੇ ਕਿ ਜਿਹੜਾ ਪਟਿਆਲੇ ਦੇ ਵਿੱਚ ਆ, ਦੋ ਦਿਨ ਪਹਿਲਾਂ ਇਹਨਾਂ ਸਾਡੇ ਕਿਸਾਨ ਨੂੰ ਸ਼ਹੀਦ ਕੀਤਾ, ਔਰ ਉਹਦਾ ਜਿਹੜਾ ਪਰਚਾ ਵੀ 302 ਦਾ ਪਰਚਾ ਵੀ ਨਹੀਂ ਅਜੇ ਤੱਕ ਕੱਟਿਆ ਗਿਆ, ਨਾ ਉਹਨੂੰ ਅਰੈਸਟ ਕੀਤਾ ਗਿਆ, ਔਰ ਨਾ ਹੀ ਇਹਦੇ ਵਿੱਚ ਵੇਖੋ ਪ੍ਰਨੀਤ ਕੌਰ ਜਿਹੜੇ ਇਹਨਾਂ ਦੀ ਸਾਜ਼ਿਸ਼ ਆ ਪੂਰੀ, ਕਿਉਂਕਿ ਪਹਿਲਾਂ ਇਹਨਾਂ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਆਵਾਂਗੇ, ਸਾਨੂੰ ਡੱਕ ਲਓ, ਇਹੋ ਜਿਹੀਆਂ ਗੱਲਾਂ ਕੀਤੀਆਂ। ਫਿਰ ਉੱਥੇ ਧੱਕਾ ਮੁੱਕੀ, ਜੋ ਵੀ ਉੱਥੇ ਉਕਸਾਇਆ ਕਿਸਾਨਾਂ ਨੂੰ, ਧੱਕਾ ਮੁੱਕੀ ਦੌਰਾਨ ਜਦੋਂ ਉਹਦੇ ਧੱਕਾ ਵੱਜਾ ਅਤੇ ਉਹ ਡਿੱਗਣ ਨਾਲ ਬੰਦਾ ਮਰਿਆ। ਅਤੇ ਇਹ ਆਪਾਂ ਆਪਣੇ ਸ਼ਹੀਦ ਨੂੰ ਇਨਸਾਫ ਦਿਵਾਉਣ ਲਈ ਕੱਲ੍ਹ ਦੀ ਇੱਕ ਛੋਟੀ ਜਿਹੀ ਕਾਲ 'ਤੇ ਅੱਜ ਬੰਦਿਆਂ ਨੂੰ ਕਹਿ ਕੇ, ਅਤੇ ਅੱਜ ਪ੍ਰਨੀਤ ਕੌਰ ਅਤੇ ਬੀਜੇਪੀ ਦੇ ਨਰਿੰਦਰ ਮੋਦੀ ਦਾ ਪੁਤਲਾ ਫੂਕ ਰਹੇ। ਨਹੀਂ, ਇਹ ਸਾਡੀ ਯੂਨੀਅਨ ਪੂਰੇ ਪੰਜਾਬ 'ਚ ਹੀ ਫੂਕੇਗੀ ਇਹ ਪੁਤਲੇ, ਅੱਜ ਇਕੱਲੇ ਬਟਾਲੇ 'ਚ ਨਹੀਂ, ਪੂਰੇ ਪੰਜਾਬ 'ਚ ਸਾਡੀ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰੋਗਰਾਮ ਹੈ। ਕਿਉਂਕਿ ਦੇਖੋ ਇਹ ਤਾਂ ਮਾਹੌਲ ਬਹੁਤਾ ਹੀ ਮਾੜਾ ਬਣ ਗਿਆ ਨਾ, ਕਿ ਪਿੰਡਾਂ ਦੇ ਵਿੱਚ ਜੇ ਸਾਡੇ ਉਮੀਦਵਾਰ ਆਉਂਦੇ ਨੇ ਜਿਨ੍ਹਾਂ ਇਲੈਕਸ਼ਨ ਲੜਨੀ ਆ, ਜਿਨ੍ਹਾਂ ਨੇ ਸਾਡੇ MP ਬਣ ਕੇ ਉੱਥੇ ਜਾ ਕੇ ਸਾਡੀ ਆਵਾਜ਼ ਚੁੱਕਣੀ ਆ, ਉਹਨਾਂ ਨੂੰ ਆਪਾਂ ਆਪਣੀ ਦੁੱਖ ਤਕਲੀਫ ਆਪਾਂ ਕੁਝ ਦੱਸ ਵੀ ਨਹੀਂ ਸਕਦੇ। ਉਹ ਨਾਲ ਪੁਲਿਸ ਨਾਲ ਬਾਉਂਸਰ ਲੈ ਕੇ ਅਸੀਂ ਘੁਮਾਉਣ ਵੀ ਆ, ਪਿੱਛੇ ਜੇ ਕੀਤਾ ਵਿਰੋਧ ਹੁਸ਼ਿਆਰਪੁਰ ਵਾਲੇ ਉਮੀਦਵਾਰ ਦਾ ਇਹਨਾਂ ਦੇ, ਅਤੇ ਨਾਲ 15-20 ਬਾਉਂਸਰ ਨਾਲ ਪੁਲਿਸ ਨਾਲ, ਇਹ ਕੋਈ ਕੀ ਮਾਹੌਲ ਹੀ ਬਹੁਤ ਇਹਨਾਂ ਨੇ ਖਰਾਬ ਕਰਤਾ। ਇਹ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਇਹਨਾਂ ਨੂੰ, ਕਿਉਂਕਿ ਸਵਾਲ ਪੁੱਛਣ ਦਾ ਤਾਂ ਹੱਕ ਹਰ ਇੱਕ ਨੂੰ ਹੈਗਾ ਨਾ। ਜੇ ਇਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ ਆ ਤਾਂ ਫਿਰ ਅਸੀਂ ਸਵਾਲ ਕਿਉਂ ਨਹੀਂ ਪੁੱਛ ਸਕਦੇ? ਜੇ ਅਸੀਂ ਪੁੱਛਦੇ ਹਾਂ ਤਾਂ ਫਿਰ ਇਹ ਸਾਨੂੰ ਮਾਰਨ 'ਤੇ ਆ ਗਏ ਨੇ, ਵੀ ਮਾਰ ਹੀ ਦੇਣੇ ਬੰਦੇ, ਫਿਰ ਇਹ ਬਹੁਤ ਮਾੜੀ ਗੱਲ ਆ। ਮੇਰਾ ਨਾਮ ਬਚਨ ਸਿੰਘ, ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਕਰਤਾ। ਇਹੋ ਹੀ ਆ ਜਿੱਦਾਂ ਕਿ ਦੱਸਿਆ ਪ੍ਰਧਾਨ ਜੀ ਨੇ, ਵੀ ਇਹ ਅਸੀਂ ਤਾਂ ਕਿਸਾਨ ਤਾਂ ਸ਼ਾਂਤਮਈ ਆਪਣੀਆਂ ਮੰਗਾਂ ਵਾਸਤੇ ਇਹਨਾਂ ਨੂੰ ਸਵਾਲ ਕਰਦੇ ਆ। ਜਿਹੜੇ ਲੀਡਰ ਆਉਂਦੇ ਆ, ਸਾਡਾ ਸਵਾਲ ਕਰਨਾ ਫਰਜ਼ ਆ, ਵੀ ਸਾਡੀਆਂ ਡਿਮਾਂਡਾਂ ਆ ਜਾਂ ਪਿੱਛੇ ਜਿਹੜੀਆਂ ਮੰਨੀਆਂ ਉਹ ਹੱਲ ਨਹੀਂ ਹੋਈਆਂ, ਪਰ ਇਹ ਜਿਹੜੇ ਆਉਂਦੇ ਆ ਬਾਹਰ ਪਿੰਡਾਂ ਦੇ ਵਿੱਚ, ਅਸੀਂ ਤਾਂ ਆਪਣੇ ਸਵਾਲ ਕਰਨੇ ਆ ਸ਼ਾਂਤਮਈ। ਇਹ ਨਾਲ ਗੁੰਡੇ ਲੈ ਕੇ ਆਉਂਦੇ ਆ, 10-10, 20-20 ਇਹਨਾਂ ਦੇ ਨਾਲ ਗੁੰਡੇ ਆ, ਨਾਲ ਪੁਲਿਸ ਆ, ਅਤੇ ਨਾਲ ਇਹ ਕਹਿੰਦੇ ਆ ਵੀ ਅਸੀਂ ਆਵਾਂਗੇ, ਸਾਨੂੰ ਡੱਕ ਕੇ ਦੱਸਿਓ। ਅਸੀਂ ਤਾਂ ਇਹ ਗੱਲ ਕਹਿੰਦੇ ਸਵਾਲ ਕਰਦੇ ਹਾਂ ਵੀ ਜੇ ਅਸੀਂ ਦਿੱਲੀ ਨੂੰ ਜਾਂਦੇ ਹਾਂ, ਤੁਸੀਂ ਰਾਹ ਦੇ ਵਿੱਚ ਕਿੱਲ ਕੱਢੇ ਆ, ਕੰਧਾਂ ਕੱਢੀਆਂ ਆ, ਕੀ ਅਸੀਂ ਪਾਕਿਸਤਾਨੀ ਹਾਂ? ਦਿੱਲੀ ਸਾਡੀ ਪੰਜਾਬ ਦੀ ਰਾਜਧਾਨੀ ਨਹੀਂ, ਅਸੀਂ ਦਿੱਲੀ ਜਾ ਨਹੀਂ ਸਕਦੇ? ਜਾਂ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਉੱਥੇ ਮੰਨੀਆਂ 13 ਮਹੀਨੇ ਬਹਿ ਕੇ, ਉਹ ਮੰਗਾਂ ਲਾਗੂ ਨਹੀਂ ਕੀਤੀਆਂ, ਉਹਨਾਂ ਬਾਰੇ ਅਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹਾਂ, ਕਿਉਂਕਿ ਇਹ ਵੀ ਮੈਂਬਰ ਪਾਰਲੀਮੈਂਟ ਰਹੀ ਆ ਪਹਿਲੇ ਵੀ। ਇਹਨੂੰ ਅਸੀਂ ਸਵਾਲ ਕਰਨਾ, ਅਸੀਂ ਪੁੱਛਣਾ ਵੀ ਤੁਸੀਂ ਕੀ ਸਾਡੇ ਕਿਸਾਨਾਂ ਵਾਸਤੇ ਉੱਥੇ ਸਵਾਲ ਉਠਾਏ? ਇਹ ਉਹ ਗੱਲ ਦਾ ਜਵਾਬ ਕਿ ਹਾਂ ਮੰਗਣੇ ਆ, ਕਿਉਂਕਿ 5 ਸਾਲ ਇਹਨਾਂ ਫਿਰ ਜਾ ਕੇ ਸਾਡੇ ਉੱਤੇ ਰਾਜ ਕਰਨਾ ਆ, ਅਤੇ ਜਦੋਂ ਅਸੀਂ ਸਵਾਲ ਕਰਦੇ ਹਾਂ ਅਤੇ ਇਹਨਾਂ ਨੂੰ ਪਤਾ ਨਹੀਂ ਸ਼ਾਂਤਮਈ ਕਿਸਾਨਾਂ 'ਤੇ ਪ੍ਰਦਰਸ਼ਨ ਕਰਦਿਆਂ ਕੀ ਡਰ ਪੈ ਜਾਂਦਾ ਆ, ਇਹ ਨਾਲ ਫੋਰਸਾਂ ਨਾਲ ਗੁੰਡਾਗਰਦੀ ਲੈ ਕੇ ਅਤੇ ਨਾਲ ਚੈਲੇਂਜ ਕਰਦੇ ਆ ਵੀ ਅਸੀਂ ਆਵਾਂਗੇ, ਤੁਸੀਂ ਸਾਨੂੰ ਡੱਕ ਕੇ ਦਿਖਾਇਓ। ਜੇ ਇਹਨਾਂ ਨੇ ਤਾਂ ਵੋਟਾਂ ਲੈਣੀਆਂ ਸਾਡੇ ਕੋਲੋਂ ਕਿ ਸਾਡੇ ਕੋਲੋਂ ਗੁੰਡਾਗਰਦੀ ਕਰਕੇ ਸਾਨੂੰ ਕੁੱਟਣਾ ਆ, ਸਾਡੇ 'ਤੇ ਰਾਜ ਕਰਨਾ ਆ।
ਇਸ ਕਰਕੇ ਅਸੀਂ ਇਹਨਾਂ ਦੇ ਬਿਲਕੁਲ ਜੀ ਇੱਥੇ ਵੀ ਅੱਤਿਆਚਾਰ ਹੋ ਰਿਹਾ ਅਤੇ ਜੇ ਬਾਰਡਰਾਂ 'ਤੇ ਅਸੀਂ ਗਏ ਹਾਂ ਤਾਂ ਉੱਥੇ ਅੱਗੇ ਕਿੱਲ ਕੱਢ ਕੇ ਕੰਧਾਂ ਕਰਕੇ ਅਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ। ਹੁਣ ਵੀ ਕਿਸਾਨ ਨੂੰ ਧੱਕਾ ਮਾਰ ਕੇ ਗਾਲਾਂ ਕੱਢ ਕੇ ਅਤੇ ਉਹਨੂੰ ਸੁੱਟਿਆ ਗਿਆ, ਜਦੋਂ ਉਹਦੇ ਸੱਟ ਲੱਗੀ ਉਹਦੀ ਮੌਤ ਹੋ ਗਈ ਆ। ਅਤੇ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਅਤੇ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਅਤੇ ਜਦੋਂ ਤੁਹਾਨੂੰ ਪਤਾ ਤੁਹਾਡਾ ਵਿਰੋਧ ਹੈ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ, ਸ਼ਾਂਤਮਈ ਹੀ ਪ੍ਰਦਰਸ਼ਨ ਕਰਨੇ, ਸਾਡੇ ਸਵਾਲਾਂ ਦੇ ਜਵਾਬ ਦਿਓ। ਹਮਾਰੇ ਨਏ ਕੈਂਪਸ ਡ੍ਰੀਮ ਸਕੂਲ ਐਂਡ ਕੋਚਿੰਗ ਇੰਸਟੀਟਿਊਟ ਮੇਂ ਸਵਾਗਤ ਕਰਤਾ ਹੂੰ। ਮੈਂ ਆਪ ਲੋਗੋਂ ਕੋ ਬਤਾ ਦੇਣਾ ਚਾਹਤਾ ਹੂੰ ਕਿ ਹਮਾਰੇ ਇੰਸਟੀਟਿਊਟ ਮੇਂ ਕਲਾਸਿਸ 5th ਟੂ 12th ਬੋਥ ਸਕੂਲਿੰਗ ਐਂਡ ਕੋਚਿੰਗ ਕੀ ਐਡਮਿਸ਼ਨ ਓਪਨ ਹੋ ਚੁੱਕੀ ਹੈ। ਜੋ ਸਟੂਡੈਂਟਸ ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੇਨੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੇਨੇ ਪੇ ਬਚ ਸਕਤਾ ਹੈ।